ਵੀ ਉੱਥੇ ਜਾ ਕੇ ਅਸੀਂ ਇਹ ਗਾਣਾ ਗਾਵਾਂਗੇ, ਹਾਂ ਸਾਨੂੰ ਦੇਖਣਗੇ, ਸਾਨੂੰ ਸੁਣਨਗੇ, ਅਲੱਗ ਉਹ ਇਹਨਾਂ ਨੇ ਨਵੇਂ ਗਾਣੇ ਸਾਰੇ ਯਾਦ ਨੇ, ਗਾਣੇ ਬਹੁਤ ਉਸ ਟਾਈਮ ਤਾਂ ਬਹੁਤ ਗਾਣੇ ਯਾਦ ਸੀਗੇ, ਚਲੇ ਜਾਂਦੇ ਗਾਣਾ ਤਿਆਰ ਕਰ ਲੈਂਦੇ ਅਤੇ ਕੋਈ ਮਤਲਬ ਇੱਦਾਂ ਹੁੰਦਾ ਹੀ ਨਹੀਂ ਸੀ, ਜਿਵੇਂ ਹੁਣ ਤੁਹਾਨੂੰ ਪਤਾ ਵੀ ਬੋਲੀ ਖੜ੍ਹੇ ਟਾਈਮ ਬਣਾਈ ਦੀ ਆ, ਬਿਲਕੁਲ ਉੱਦਾਂ ਹੀ ਬਸ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਬੰਦੇ ਦੇ ਮੋੜ ਆਉਂਦੇ ਨੇ ਤੁਹਾਡੀ, ਦੇਖੋ ਮੈਨੂੰ ਪਤਾ ਕਿ ਪਹਿਲਾਂ ਤੋਂ ਜਦੋਂ ਅਸੀਂ ਵੀ ਦੇਖਦੇ ਹੁੰਦੇ ਸੀਗੇ ਕਿ ਬੀਨਾ ਬਾਜਿਆਂ ਵਾਲੇ ਆਉਂਦੇ ਨੇ, ਉਸ ਟਾਈਮ ਉਹਨਾਂ ਦੀ ਪੂਰੀ ਚੜ੍ਹਾਈ ਸੀ ਡਰਾਮਿਆਂ ਵਾਲੇ ਆਉਂਦੇ ਨੇ, ਪਰ ਜਿਹੜਾ ਇੱਕ ਆਰਟਿਸਟ ਹੈ ਪਹਿਲੇ ਸਮੇਂ ਤੋਂ, ਮੈਂ ਇੱਕ ਤਜਰਬਾ ਦੇਖਿਆ, ਮੇਰੀ ਇੱਕ ਆਬਜ਼ਰਵੇਸ਼ਨ ਹੈ ਕਿ ਇੱਕ ਆਰਟਿਸਟ ਹੈ ਪਹਿਲਾਂ ਤੋਂ ਜਿਹੜਾ ਰੀਅਲ ਆਰਟਿਸਟ ਹੈ, ਉਹ ਕਲਾਕਾਰੀ ਤਾਂ ਬਹੁਤ ਸੋਹਣੀ ਹੈ ਉਹਦੀ, ਪਰ ਆਰਥਿਕ ਤਾਂ ਉਹਦੀ ਬੜੀ ਪਹਿਲਾਂ ਤੋਂ ਕਮਜ਼ੋਰ ਰਹੀ ਸੀਗਾ ਜੀ, ਮਤਲਬ ਬਹੁਤ ਗਰੀਬੀ ਦੇ ਵਿੱਚ ਬਹੁਤ ਸਾਰੇ ਕਲਾਕਾਰ, ਆਪਾਂ ਦੇਖਿਆ ਜਿਸ ਤਰ੍ਹਾਂ ਤੁਸੀਂ ਜਗਤਾਰ ਦੀ ਗੱਲ ਕੀਤੀ ਹੈ ਨਾ, ਉਹਦੀ ਡੈਥ ਵੀ ਹੋ ਗਈ ਅਤੇ ਉਹਦੇ ਘਰ ਬੜੀ ਗਰੀਬੀ ਹੈ, ਕੋਈ ਹੈਲਪ ਕਰਨ ਵਾਲਾ ਵੀ ਨਹੀਂ ਹੈਗਾ, ਆਪਾਂ ਤੁਸੀਂ ਹੈਲਪ ਕੀਤੀ ਉਹਨਾਂ ਦੀ ਹੈ ਨਾ, ਕਰਦੇ ਵੀ ਹੁਣ ਵੀ ਕਰਦੇ ਆ, ਅਤੇ ਕੀ ਤੁਹਾਡਾ ਜਿਹੜਾ ਰੋਜ਼ ਦੀ ਜ਼ਿੰਦਗੀ ਦਾ ਜਿਹੜਾ ਉਹ ਲੋੜਾਂ ਥੋੜ੍ਹਾਂ ਪੂਰੀਆਂ ਹੁੰਦੀਆਂ ਸੀ ਕਿ ਜਾਂ ਫਿਰ ਤੁਸੀਂ ਉਨੀਆਂ ਕੇ ਮਹਿਦੂਦ ਕਰ ਲਈਆਂ ਸੀ, ਜਾਂ ਕਿਵੇਂ ਦਾ ਤੁਸੀਂ ਟਾਈਮ ਕੱਢਿਆ, ਕਿਉਂਕਿ ਜਦੋਂ ਮੈਂ ਪਹਿਲੀ ਵਾਰੀ ਤੁਹਾਨੂੰ ਮਿਲਿਆ ਜਾਂ ਤੁਹਾਡੇ ਘਰ ਆਇਆ ਤਾਂ ਤੁਹਾਡਾ ਘਰ ਜਿਹੜਾ ਸੀਗਾ, ਅਤੇ ਅੱਜ ਮੈਂ ਆਏ ਹਾਂ ਅਸੀਂ ਵੈਸੇ ਆਉਂਦੇ ਰਹੇ ਹਾਂ, ਅਤੇ ਬਹੁਤ ਮੇਰਾ ਖਿਆਲ ਜ਼ਮੀਨ ਅਸਮਾਨ ਦਾ ਫਰਕ ਹੈ, ਕਿਉਂਕਿ ਤੁਸੀਂ ਬਹੁਤ ਸਾਰੀਆਂ ਘਾਲਣਾਵਾਂ ਘਾਲੀਆਂ ਹੈ ਨਾ, ਉਹ ਤੁਹਾਨੂੰ ਦੱਸਦੇ ਹਾਂ ਜੀ, ਜ਼ਿੰਦਗੀ ਤਾਂ ਤੁਹਾਨੂੰ ਪਤਾ ਹੀ ਹੈ, ਜ਼ਿੰਦਗੀ ਜਿਵੇਂ ਇੱਕ ਫਿਲਮ ਕਹਿ ਦਿੰਦੇ ਹਾਂ, ਉਹ ਫਿਲਮ ਵੀ ਕਿਸੇ ਦੇ ਸਟੋਰੀ ਹੁੰਦੀ ਹੈ, ਡਰਾਮਾ ਵੀ ਕਿਸੇ ਦੇ ਸਟੋਰੀ ਹੁੰਦੀ ਹੈ, ਨਾਟਕ ਪਲੇ ਜੋ ਵੀ ਹੈਗਾ, ਮਤਲਬ ਬੰਦੇ ਨਾਲ ਜੁੜਦੀਆਂ ਹੀ ਚੀਜ਼ਾਂ ਹੁੰਦੀਆਂ ਨੇ। ਘਰ ਦੇ ਵਿੱਚ ਬਹੁਤ ਗਰੀਬੀ ਸੀਗੀ, ਪੰਜ ਭੈਣਾਂ ਤੀਆਂ ਸੀ, ਚਾਰ ਭਰਾ ਤੇ, ਅਤੇ ਫਾਦਰ ਸਾਹਿਬ ਮੇਰੇ ਬਾਹਰੇ ਰਹਿੰਦੇ ਤੇਗੇ, ਉਹਨਾਂ ਨੂੰ ਤਾਂ ਮਤਲਬ ਕੋਈ ਟੈਨਸ਼ਨ ਨਹੀਂ ਤੀ ਹੁੰਦੀ, ਮਾਂ ਮੇਰੀ ਵਿਚਾਰੀ ਮਤਲਬ ਪਿੰਡ ਦੇ ਵਿੱਚ ਕੰਮ ਕਾਰ ਕਰਨਾ, ਉਹਨੇ ਸਾਨੂੰ ਲਿਆ ਕੇ ਰੋਟੀ ਦੇਣੀ ਤਾਂ ਅਸੀਂ ਖਾ ਲੈਣੀ, ਬਸ ਉੱਦਾਂ ਦਾ ਹੀ ਸਬਰ ਚੱਲਦਾ ਰਹਿੰਦਾ ਸੀਗਾ। ਪਰ ਕਿਸੇ ਟਾਈਮ ਤਾਂ ਜਿਹੜੀ ਪਰਮਾਤਮਾ ਨੂੰ ਇਹੀ ਦੁਆ ਕਰਦੇ ਹੁੰਦੇ ਸੀ, ਪਰਮਾਤਮਾ ਸਾਡੇ ਵੀ ਕਦੇ ਰੰਗ ਬਦਲ ਜਾਣਗੇ, ਪਰਮਾਤਮਾ ਸਾਨੂੰ ਵੀ ਕਦੇ ਪੱਕਾ ਘਰ ਬੈਠਣ ਨੂੰ ਮਿਲ ਜੂਗਾ, ਜਾਂ ਸਾਨੂੰ ਕਦੇ ਘਰ ਦੇ ਵਿੱਚ ਲਾਈਟ ਜਾਂ ਕੁਛ ਇੱਦਾਂ ਦਾ ਪ੍ਰਬੰਧ ਹੋ ਸਕਦਾ ਵੀ ਹੋ ਜੂਗਾ, ਕਿਉਂਕਿ ਬਹੁਤ ਗਰੀਬੀ ਦੇ ਵਿੱਚ ਬਹੁਤ ਮੁਸੀਬਤਾਂ ਦੇ ਵਿੱਚ ਨਾਲ ਝਗੜੇ ਕੀਤੇ ਨੇ, ਮੈਨੂੰ ਨਹੀਂ ਲੱਗਦਾ ਵੀ ਇੰਨੇ ਝਗੜੇ ਕਿਸੇ ਨੇ ਕੀਤੇ ਹੋਣੇ ਆਪਣੀ ਲਾਈਫ ਦੇ ਵਿੱਚ, ਕਿਉਂਕਿ ਜ਼ਿਆਦਾ ਤਾਂ ਹੁਣ ਇੱਦਾਂ ਹੁੰਦਾ ਆ, ਆਪਾਂ ਆਮ ਲੋਕਾਂ ਨੂੰ ਦੇਖਦੇ ਹਾਂ, ਜਾਂ ਤਾਂ ਜੰਮਦਾ ਹੀ ਤਕੜਾ ਹੁੰਦਾ ਗਲਾ ਵੀ, ਜਾਂ ਫਿਰ ਪਰਮਾਤਮਾ ਵੱਲੋਂ ਹੀ ਆ। ਇੱਕ ਕੱਲ੍ਹ ਕੋਈ ਡਰਾਈਵਰ ਗੱਲ ਕਰਦਾ ਸੀ, ਕਹਿੰਦਾ ਉਹਦੇ ਕੋਲ 3 ਕਿੱਲੇ ਜ਼ਮੀਨ ਦੇ ਅਤੇ ਹੁਣ 300 ਕਿੱਲਾ ਆ ਬੰਦੇ ਕੋਲ, ਵੀ ਇੱਦਾਂ ਦੇ ਕ੍ਰਿਸ਼ਮੇ ਵਾਲੀਆਂ ਗੱਲਾਂ ਹੁੰਦੀਆਂ। ਮੇਰੀ ਜ਼ਿੰਦਗੀ 'ਚ ਬਹੁਤ ਕ੍ਰਿਸ਼ਮੇ ਹੋਏ ਨੇ, ਬਹੁਤ ਕੁਛ ਹੋਇਆ, ਪਰ ਬਚਪਨ ਦੇ ਵਿੱਚ ਜਿਵੇਂ ਪਹਿਲਾਂ ਤੁਸੀਂ ਕਹਿ ਦੀ ਪੜ੍ਹਾਈ ਖਾਤੇ ਨਹੀਂ ਕੀਤੀ, ਕਿਵੇਂ ਨਹੀਂ ਕੀਤੀ ਪੜ੍ਹਾਈ, ਮੈਨੂੰ ਕੰਮ ਨਾਲ ਪਹਿਲਾਂ ਤੋਂ ਹੀ ਮਤਲਬ ਬਹੁਤ ਜ਼ਿਆਦਾ ਪਿਆਰ ਸੀਗਾ, ਕੰਮ ਉਰੇ ਵੀ ਮੈਂ ਘਰਾਂ ਦੇ ਵਿੱਚ ਕੰਮ ਕਰਦਾ ਰਹੇ ਹਾਂ, ਮਤਲਬ ਜਿਵੇਂ ਡੰਗਰ ਵੀ ਚਾਰੇ ਨੇ ਜੀ, ਮਤਲਬ ਘਰਾਂ ਦੇ ਵਿੱਚ ਪੋਚੇ ਪੂਚੇ, ਮਤਲਬ ਇੱਦਾਂ ਦੇ ਕੰਮ ਮੈਂ ਬਹੁਤ ਕੁਛ ਕੀਤਾ ਆ, ਅਤੇ ਹੌਲੀ ਹੌਲੀ ਪੇਂਟ ਦਾ ਕੰਮ ਵੀ ਕਰਦੇ ਰਹੇ, ਸੰਭੂ ਵੈਰੀਅਲ ਅਤੇ ਹੋਟਲ ਅਤੇ ਢਾਬੇ 'ਤੇ ਵੀ ਮਤਲਬ ਮੈਂ ਕੰਮ ਕੀਤਾ ਜੀ, ਅਤੇ ਵੇਟਰਾਂ ਦਾ ਵੀ ਕੰਮ ਕੀਤਾ, ਸਫਾਈ ਦਾ ਵੀ ਕੰਮ ਕੀਤਾ ਮੈਂ ਭਾਰਸੋਂ ਦੇ ਵਿੱਚ, ਸਫਾਈ ਸੇਵਕਾਂ ਦੇ ਵਿੱਚ ਭਾਰਸੋਂ ਦੇ ਵਿੱਚ ਮੈਂ ਨੰਬਰ 1 'ਤੇ ਰਹੇ ਜੀ, ਅਸੀਂ ਮਤਲਬ ਭਾਰਸੋਂ ਨੰਬਰ 1 ਬਣਾਇਆ ਸੀਗਾ ਜੀ। ਇਹ ਜਿਹੜੀ ਸਫਾਈ ਮੁਹਿੰਮ ਚੱਲੀ ਸੀ ਉਹਦੇ ਵਿੱਚ ਭਾਰਸੋਂ ਨੂੰ ਨੰਬਰ 1 ਪੰਜਾਬ ਦੇ ਵਿੱਚੋਂ ਬਣਾਇਆ ਸੀ ਇਹਨਾਂ ਨੇ। ਹਾਂਜੀ ਹਾਂਜੀ, ਅਤੇ ਪਰ ਕੋਈ ਮਿਹਨਤ ਦਾ ਫਲ ਨਹੀਂ ਮਿਲਦਾ ਜੀ। ਦੇਖੋ ਫਲ ਹੁਣ ਜਿਹਨੇ ਕਦੇ ਝਾੜੂ ਨੀਤੀ ਚੱਕ ਕੇ ਦੇਖਿਆ ਉਹ ਉੱਥੇ ਆ ਕੇ ਕਹਿੰਦੇ ਅਤੇ ਅਸੀਂ ਇਹਦੇ ਵਿੱਚ ਬਹੁਤ ਸਹਿਯੋਗ ਦਿੱਤਾ, ਅਸੀਂ ਇਹਦੇ ਵਿੱਚ ਉਹ ਕਰਕੇ ਦਿੱਤਾ, ਪਰ ਜਿਹਨਾਂ ਨੇ ਸਫਾਈ ਕੀਤੀ, ਜਿਹਨਾਂ ਨੇ ਝਾੜੂ ਮਾਰੇ, ਜਿਹਨਾਂ ਨੇ, ਉਹਨਾਂ ਦਾ ਕੋਈ ਨਾਂ ਉੱਤੇ ਨਹੀਂ। ਚਲੋ ਕੋਈ ਨਹੀਂ, ਆਪਾਂ ਸੋਚਦੇ ਹਾਂ ਕਿ ਨਾਂ ਵਾਹਿਗੁਰੂ ਦਾ ਆਪਾਂ ਦੇਖਦੇ ਹਾਂ, ਹੈ ਨਾ। ਅਤੇ ਫਿਰ ਤੁਸੀਂ ਜਦੋਂ ਪਹਿਲੀ ਵਾਰੀ ਆਪਾਂ ਮਿਲੇ ਸੀਗੇ, ਜਦੋਂ ਦੇਖਿਆ, ਹੈ ਨਾ, ਅਤੇ ਫਿਰ ਤੁਸੀਂ ਸਾਡੇ ਨਾਲ ਜੁੜੇ, ਮੇਰੇ ਨਾਲ, ਲੋਕ ਰੰਗ ਨੂਰ ਆਰਟ ਨਾਲ। ਉਦੋਂ ਜਦੋਂ ਤੁਸੀਂ ਜੁੜੇ ਉਦੋਂ ਲੋਕ ਰੰਗ ਨੂਰ ਆਰਟ ਨਹੀਂ ਸੀ, ਹੈ ਨਾ, ਜੋ ਅਸਟੈਬਲਿਸ਼ਮੈਂਟ ਹੈ ਜਾਂ ਜੋ ਅੱਜ ਇਸ ਦਾ ਨਾਂ ਹੈ, ਜੋ ਲੋਕ ਰੰਗ ਨੂਰ ਆਰਟ ਦਾ ਦੁਨੀਆ 'ਚ ਨਾਂ ਚੱਲਦਾ, ਜਾਂ ਲੋਕ ਰੰਗ ਨੂਰ ਆਰਟ ਇੱਕ ਨਾਂ ਹੈ, ਉਦੋਂ ਨਹੀਂ ਸੀ, ਹੈ ਨਾ। ਪਰ ਤੁਸੀਂ ਜੁੜੇ, ਤੁਹਾਨੂੰ ਕਿਵੇਂ ਇਹਦੀਆਂ ਜਿਹੜੀਆਂ ਸਾਡੇ ਨਾਲ ਜੁੜਨ ਦੀਆਂ, ਮੇਰੇ ਨਾਲ ਜੁੜਨ ਦੀਆਂ, ਵੈਸੇ ਤਾਂ ਆਪਾਂ ਦੋਵੇਂ ਜਦੋਂ ਤੋਂ ਚੱਲੇ ਹਾਂ, ਹੈ ਨਾ, ਅਤੇ ਸਾਂਝਾ ਕੰਮ ਚੱਲਿਆ ਆ ਰਿਹਾ ਆਪਣਾ, ਹੈ ਨਾ,
ਤੇ ਤੁਹਾਨੂੰ ਕਿਵੇਂ ਉਸ ਤੋਂ ਬਾਅਦ ਕਿਵੇਂ ਕਿਵੇਂ ਆਪਾਂ ਜਿਹੜੀ ਉਹ ਜੀ ਦੇਖੋ ਜਦੋਂ ਤੁਹਾਡੇ ਨਾਲ ਮੈਂ ਜੁੜਿਆ ਮੈਨੂੰ ਮੈਂ ਮਤਲਬ ਗੱਲਾਂ ਸੁਣਦਾ ਹੁੰਦਾ ਸੀ ਵੀ ਖਮਾਣੋ ਏਰੀਏ ਦੇ ਕੁਛ ਮੁੰਡੇ ਨੇ ਵੀ ਮਤਲਬ ਉਹ ਕੁੜੀਆਂ ਬਣ ਕੇ ਗਿੱਧਾ ਪਾਉਂਦੇ ਆ ਉਹਨਾਂ ਦੇ ਪੜ੍ਹੇ ਲਿਖੇ ਨੇ ਉਹ ਅਤੇ ਉਹਨਾਂ ਨੇ ਮਤਲਬ ਵਧੀਆ ਮਤਲਬ ਬੰਦੇ ਨੇ ਉਹ ਮੈਨੂੰ ਵੀ ਇੱਦਾਂ ਹੋਣਾ ਕਿਉਂਕਿ ਮੈਨੂੰ ਨੱਚਣ ਦਾ ਗਿੱਧੇ ਦਾ ਬਾਲਾ ਸ਼ੌਕ ਸੀਗਾ ਜੀ ਕਹਿ ਤਾਂ ਹਰੇਕ ਦਿਨ ਦਾ ਮੈਨੂੰ ਗਿੱਧੇ ਦਾ ਸ਼ੌਕ ਸੀਗਾ ਪਰ ਗਿੱਧੇ ਦੇ ਵਿੱਚ ਧੜਨਾ ਹਰੇਕ ਬੰਦੇ ਦੇ ਬਸ ਦੀ ਗੱਲ ਨਹੀਂ ਜੀ ਬਸ ਤੇ ਇੱਥੇ ਬਹੁਤ ਵੱਡੇ ਵੱਡੇ ਗਿੱਧਿਆਂ ਦੇ ਕਈ ਵਾਰੀ ਮਾਹਰ ਕਹਾਉਣ ਵਾਲੇ ਵੀ ਨੇ ਜਦੋਂ ਉਹਨਾਂ ਦੀਆਂ ਆਪਾਂ ਉਹਨਾਂ ਨੂੰ ਦੇਖਦੇ ਹਾਂ ਜਾਂ ਕਿਤੇ ਉਹਨਾਂ ਦੀ ਕੋਈ ਚੀਜ਼ ਦੇਖਦੇ ਹਾਂ ਤਾਂ ਉਹ ਕਈ ਵਾਰੀ ਤੁਸੀਂ ਆਪਾਂ ਵੀ ਦੱਸ ਸਕਦੇ ਬੇਤਾਲੇ ਹੀ ਨੱਚੀ ਜਾਂਦੇ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਜੀ ਮੈਂ ਕਈ ਜਗ੍ਹਾ ਤੋਂ ਸੁਣਿਆ ਵੀ ਜੋਰਾਂ ਦਾ ਸਾਨੇ ਸਿਖਾਇਆ ਵਾ ਜਿਹੜੇ ਤੁਹਾਡੇ ਕੋਲ ਸਿੱਖ ਕੇ ਗਏ ਨੇ ਉਹ ਇਹੀ ਦੱਸੀ ਜਾਂਦੇ ਆ ਜੋਰਾਂ ਦਾ ਸਾਡੇ ਕੋਲ ਚਲੋ ਆਪਾਂ ਤਾਂ ਦੇਖੋ ਮੈਂ ਤਾਂ ਇਹ ਕਹੂੰਗਾ ਕਿ ਮੈਂ ਤੁਹਾਡੇ ਕੋਲੋਂ ਵੀ ਸਿੱਖਿਆ ਮੈਂ ਇਹਨਾਂ ਟਾਲੀਆਂ ਕਿੱਕਰਾਂ ਦਰਖਤਾਂ ਪਿੱਪਲਾਂ ਬੋੜਾਂ ਦੇ ਪੱਤਿਆਂ ਦੀਆਂ ਤਾੜੀਆਂ ਵੱਜਦੀਆਂ ਅਤੇ ਉੱਥੋਂ ਅਸੀਂ ਤਾੜੀਆਂ ਸਿੱਖੀਆਂ ਨੇ ਹੈ ਨਾ ਫਿਰ ਜਦੋਂ ਉਹਨਾਂ ਨੇ ਦੱਸਿਆ ਵੀ ਮਤਲਬ ਉਹ ਕੰਮ ਕਰਦੇ ਆ ਉਹਨਾਂ ਨੂੰ ਇੱਕ ਵਾਰ ਮੈਨੂੰ ਲੱਗਦਾ ਤੁਸੀਂ ਬੁਲਾਇਆ ਹੋਣਾ ਪ੍ਰੀਤੀ ਨੂੰ ਬੁਲਾਇਆ ਹੋਣਾ ਪ੍ਰੀਤੀ ਨੇ ਜਿਹੜਾ ਇਹਨਾਂ ਦਾ ਗੁਰੂ ਸੀ ਜਗਤਾਰ ਪ੍ਰੀਤੀ ਜਿਹਦੀ ਅਸੀਂ ਗੱਲ ਕਰਦੇ ਹਾਂ ਅਸੀਂ ਮੈਂ ਇਹਨਾਂ ਨੇ ਪਹਿਲਾਂ ਗੱਲ ਕੀਤੀ ਆ ਜਨੌਦੇ ਪਿੰਡ ਤੋਂ ਉਹਨੂੰ ਪਹਿਲਾਂ ਅਸੀਂ ਬੁਲਾਇਆ ਸੀਗਾ ਕਿ ਕਿਉਂਕਿ ਨੱਚਣ ਵਾਲਾ ਹੀ ਨੱਚਣ ਵਾਲਾ ਕੰਮ ਕਰ ਸਕਦਾ ਹੋਰ ਇੱਕ ਆਮ ਇਨਸਾਨ ਨੂੰ ਅਸੀਂ ਕਿਸੇ ਨੂੰ ਨਾ ਜਾਣੀਏ ਅਤੇ ਨਾ ਅਸੀਂ ਉਹਨੂੰ ਬੁਲਾ ਸਕੀਏ ਅਤੇ ਉਹਨੂੰ ਅਸੀਂ ਇੱਕ ਵਾਰੀ ਬੁਲਾਇਆ ਮੇਰਾ ਖਿਆਲ ਹੈ ਉਸ ਤੋਂ ਬਾਅਦ ਬਿੰਦਰ ਨੂੰ ਉਸ ਬੰਦੇ ਨੇ ਸਾਡੇ ਨਾਲ ਜੋੜਿਆ ਅਤੇ ਉਹ ਸਾਡੇ ਨਾਲ ਜੁੜ ਨਹੀਂ ਸਕਿਆ ਪਰ ਬਿੰਦਰ ਅੱਜ ਵੀ ਸਾਡੇ ਨਾਲ ਉਦੋਂ ਮੈਂ ਉਰੇ ਤੋਂ ਜਣਦੀ ਤੁਰ ਕੇ ਗਿਆ ਭਾਰਸੋਂ ਤੱਕ ਭਾਰਸੋਂ ਤੋਂ ਮਤਲਬ ਬੱਸ ਲੱਤੀ ਖੰਨੇ ਗਿਆ ਖੰਨੇ ਤੋਂ ਖਮਾਣੋ ਗਿਆ ਖਮਾਣੋ ਜਨੌਦੇ ਤੋਂ ਕੁੜੀ ਵਿਆਹੀ ਵੀ ਹੈ ਮਤਲਬ ਟੈਂਟਾਂ ਦਾ ਕੰਮ ਕਰਦਾ ਵੈਸੇ ਰੋਡਾ ਕਹਿੰਦੇ ਆ ਤਾਂ ਆਪਣਾ ਤਾਂ ਸਾਰਿਆਂ ਦਾ ਮਤਲਬ ਜੀਜਾ ਹੀ ਵੱਜਦਾ ਸੀਗਾ ਜੀਜਾ ਹੀ ਕਹਿੰਦੇ ਹੁੰਦੇ ਸੀ ਜੀਜਾ ਹੀ ਵੱਜਦਾ ਸੀਗਾ ਮੈਂ ਉਹਨਾਂ ਦੇ ਘਰੇ ਪਹਿਲੀ ਵਾਰੀ ਗਿਆ ਸੀਗਾ ਉੱਥੋਂ ਤੁਸੀਂ ਮੈਨੂੰ ਉਸ ਸਮੇਂ ਦੇ ਵਿੱਚ ਮੇਰੇ ਚਿੱਟਾ ਸੂਟ ਪਾਇਆ ਵਾ ਅਤੇ ਲਾਲ ਚੁੰਨੀ ਲਾਲ ਸਲਵਾਰ ਅਤੇ ਉੱਥੋਂ ਮੈਂ ਤਿਆਰ ਹੋ ਕੇ ਆਪਣਾ ਪਹਿਲਾ ਪ੍ਰੋਗਰਾਮ ਸੀਗਾ ਜੀ ਸਮਰਾਲੇ ਸਮਰਾਲੇ ਦੇਖੋ ਜੀ ਜੀਪ 'ਚ ਗਏ ਤੇ ਆਪਾਂ ਬੈਠ ਕੇ ਪਤਾ ਨਹੀਂ ਹੁਣ ਮੈਨੂੰ ਵੀ ਯਾਦ ਨਹੀਂ ਕਿ 15 ਕਿ 16 ਸਾਲ ਹੋ ਗਏ ਨੇ ਕਿ 17 ਸਾਲ ਹੋ ਗਏ ਨੇ 17 18 ਸਾਲ ਮੰਗ ਹੋ ਗਏ ਜੀ ਆਪਾਂ ਤੇ ਪਹਿਲਾ ਪ੍ਰੋਗਰਾਮ ਜਿਹੜਾ ਅਬਿੰਦਰ ਨੇ ਸਾਡੇ ਨਾਲ ਲਾਇਆ ਸੀ ਅਤੇ ਮੈਂ ਕਹਿਣਾ ਵੀ ਆ ਨਚਾਰਾਂ ਨੂੰ ਚਿੱਟਾ ਔਰ ਕਾਲਾ ਸੂਟ ਪਤਾ ਨਹੀਂ ਕਾਹਤੇ ਪਸੰਦ ਹੈ ਪੂਰਾ ਐਨ ਲਸ਼ ਲਸ਼ ਕਰਦਾ ਚਿੱਟਾ ਸੂਟ ਪਾਇਆ ਹੋਇਆ ਲਾਲ ਚੁੰਨੀ ਸਿਰੇ ਦਾ ਨੰਗਾ ਅਤੇ ਰੰਗ ਤਾਂ ਜਿਹਾ ਜਿਹਾ ਸੁੱਕ ਨਾਲ ਹੈਗਾ ਹੈਗਾ ਹੀ ਹੈ ਨਾ ਅਤੇ ਮਤਲਬ ਉਹ ਅਸੀਂ ਪਹਿਲਾਂ ਸਰਦੀ ਦੇ ਦਿਨ ਸੀਗੇ ਅਤੇ ਅਸੀਂ ਜੀਪ ਦੇ ਵਿੱਚ ਬੈਠ ਕੇ ਗਏ ਉਹ ਪਹਿਲਾਂ ਸਮਰਾਲੇ ਦਾ ਪ੍ਰੋਗਰਾਮ ਮੈਂ ਤੁਹਾਨੂੰ ਰੰਗ ਰੂਪ 'ਤੇ ਦੱਸਣ ਲੱਗੀ ਹਾਂ ਜਿਹੜੇ ਮਤਲਬ ਕੁੜੀਆਂ ਵਰਗੇ ਡਾਂਸਰ ਨੇ ਹੁਣ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਬੇਬੇ ਦਾ ਰੰਗ ਕਾਲਾ ਆ ਅਤੇ ਬੇਬੇ ਜਦੋਂ ਬਣ ਜਾਂਦੀ ਹੈ ਫਿਰ ਬੇਬੇ ਬਹੁਤ ਗੋਰੀ ਚਿੱਟੀ ਹੋ ਜਾਂਦੀ ਬੇਬੇ ਫਿਰ ਗੋਰੀ ਚਿੱਟੀ ਬਣ ਜਾਂਦੀ ਹੈ ਨਾ ਹਾਂ ਜਿਹੜੇ ਸੋਹਣੇ ਡਾਂਸਰ ਨੇ ਉਹਨਾਂ ਦੇ ਵਿੱਚ ਸੋਨਾ ਪੰਨੇ ਆ ਮਤਲਬ ਅੱਜ ਕੱਲ੍ਹ ਜੇ ਬਾਜੇ ਦੇ ਵਿੱਚ ਵੀ ਨੱਚਦੇ ਡਾਂਸਰ ਦੇਖੋ ਜੀ ਚੱਕ ਕੇ ਮੰਜੇ ਘੁਮਾਉਣੇ ਸਾਈਕਲ ਘੁਮਾਉਣੇ ਸਾਈਕਲਾਂ ਮਤਲਬ ਮੰਜਿਆਂ ਦੇ ਉੱਪਰ ਦੀ ਸਾਲਾਂ ਮਾਰਨੀਆਂ ਉਹਨਾਂ ਨੇ ਕਰਤੱਬ ਕਰਨੇ ਬਹੁਤ ਉੱਚੀ ਉੱਚੇ ਸਾਲਾਂ ਮਾਰਦੇ ਸੀਗੇ ਮਤਲਬ ਉਹਨਾਂ ਨੂੰ ਕਹਿੰਦੇ ਤੇ ਡਾਂਸਰ ਉਹਨਾਂ ਦਾ ਲੱਕ ਵੀ ਜਦੋਂ ਵੱਜਦਾ ਸੀਗਾ ਬਹੁਤ ਵਧੀਆ ਤਰੀਕੇ ਨਾਲ ਵੱਜਦਾ ਸੀਗਾ ਮਤਲਬ ਉਹਨਾਂ ਦੀ ਕਲਾ ਦੇ ਲੋਕ ਫੈਨ ਹੁੰਦੇ ਸੀ ਹੁਣ ਬਿਊਟੀਆਂ ਦੇ ਫੈਨ ਨੇ ਹੁਣ ਬਿਊਟੀਆਂ ਲੋਕ ਵੀ ਜਿਹੜਾ ਮਾੜਾ ਜਿਹਾ ਕੁੜੀਆਂ ਵਰਗਾ ਉਹਦੀ ਹਵਾ ਖਰਾਬ ਕਰ ਦਿੰਦੇ ਨੇ ਜਿਹਨੇ ਮਾੜਾ ਜਿਹਾ ਲੱਕ ਜਿਹਾ ਮਾਰਤਾ ਪਰ ਜੋ ਅਸਲ ਨਚਾਰ ਦਾ ਬੀਨ ਬਾਜੇ ਵਾਲੇ ਨਚਾਰ ਦਾ ਜਾਂ ਡਰਾਮੇ ਵਾਲੇ ਨਚਾਰ ਦਾ ਅਸਲ ਨਾਚ ਸੀ ਉਹ ਹੁਣ ਦੇ ਜਿਹੜੇ ਨਚਾਰਾਂ ਨੂੰ ਨਹੀਂ ਆਉਂਦਾ ਇਹ ਬਿੰਦਰ ਦਾ ਆਪਣਾ ਵਿਚਾਰ ਹੈ ਕਿਉਂਕਿ ਇਹਨੇ ਉਹ ਦਿਨ ਵੀ ਦੇਖੇ ਨੇ ਜਦੋਂ ਨਚਾਰ ਦੰਦਾਂ ਨਾਲ ਮੰਜਾ ਚੱਕ ਕੇ ਘੁਮਾਉਂਦੇ ਹੁੰਦੇ ਸੀ ਸਿਰ 'ਤੇ ਸਟੋਵ ਰੱਖ ਕੇ ਚਾਹ ਬਣਾਉਂਦੇ ਹੁੰਦੇ ਸੀ ਦੰਦਾਂ ਨਾਲ ਸਾਈਕਲ ਘੁਮਾਉਣਾ ਹੈਨਾ ਮੰਜੇ ਨੂੰ ਖੜਾ ਕਰਕੇ ਉਹਦੇ ਉੱਪਰ ਨੱਚ ਜਾਣਾ ਮਤਲਬ ਇੱਦਾਂ ਦੀ ਐਕਟਿੰਗ ਕਰਦੇ ਅਤੇ ਉਹ ਉਹਨਾਂ ਨੂੰ ਕਹਿੰਦੇ ਹੁੰਦੇ ਤੇ ਨੱਚਣਾ ਹੁਣ ਤਾਂ ਮਤਲਬ ਵਾਲ ਖੁੱਲ੍ਹੇ ਛੱਡ ਲਏ ਗਾਲਾਂ 'ਚ ਪਾ ਲਈਆਂ ਚੁੰਨੀਆਂ ਮਤਲਬ ਚਲੋ ਸਮੇਂ ਦੇ ਮੁਤਾਬਕ ਉਹ ਚੱਲ ਰਹੇ ਨੇ ਸਮੇਂ ਦੇ ਮੁਤਾਬਕ ਪਰ ਡਾਂਸਰ ਤਾਂ ਉਹੀ ਹੈ ਜਿਹੜਾ ਦੁਨੀਆਂ ਨੂੰ ਜਿਹੜਾ ਪੂਰੇ ਦੁਨੀਆਂ ਨੂੰ ਕੰਮ ਕਰਕੇ ਦਿਖਾਵੇ ਬਿਲਕੁਲ ਬਿਲਕੁਲ ਹੁਣ ਰੰਗ ਤਾਂ ਮੇਰਾ ਵੀ ਕਾਲਾ ਹੀ ਹੈ ਪਰ ਮੈਂ ਤੁਹਾਨੂੰ ਦੱਸਿਆ ਵੀ ਬਹੁਤ ਮੁਸ਼ਕਲਾਂ ਦੇ ਸਾਹਮਣੇ ਕੀਤੇ ਨੇ ਜਦੋਂ ਮੈਂ ਕਿਸੇ ਕੋਲ ਚਲਿਆ ਜਾਣਾ ਪਹਿਲੇ ਤਾਂ ਮੇਰੀ ਬਿਊਟੀ ਨੂੰ ਦੇਖ ਕੇ ਅਗਲੇ ਨੇ ਘਬਰਾ ਜਾਣਾ ਵੀ ਯਾਰ ਦੇਖੋ ਇੱਕ ਹਾਸੇ ਵਾਲੀ ਗੱਲ ਹੈ ਮੈਂ ਵੀ ਇੱਥੇ ਦੱਸਾਂ ਕਿ ਜਦੋਂ ਤੋਂ ਇਹ ਬਿੰਦਰ ਮੇਰੇ ਨਾਲ ਜੁੜਿਆ
ਠੀਕ ਹੈ ਜੀ। ਅਤੇ ਉਦੋਂ ਲੋਕ ਰੰਗ ਨੂਰ ਆਰਟ ਨਹੀਂ ਸਾਡੇ ਗਰੁੱਪ ਦਾ ਕੋਈ ਹੋਰ ਨਾਂ ਸੀ, ਅਤੇ ਇਹ ਲੋਕ ਰੰਗ ਦਾ ਨਾਂ ਵੀ ਮੇਰੀਆਂ ਸਟੂਡੈਂਟਸ ਨੇ ਦਿੱਤਾ, ਨੂਰ ਆਰਟ ਦਾ ਨਾਂ ਵੀ ਮੈਨੂੰ ਕਿਸੇ ਬਹੁਤ ਮੇਰੇ ਸੱਜਣ ਪ੍ਰੇਮੀ ਨੇ ਦਿੱਤਾ। ਅਤੇ ਲੋਕ ਰੰਗ ਨੂਰ ਆਰਟ ਜਦੋਂ ਜੁਆਇਨ ਹੋਇਆ ਤਾਂ ਬੜਾ ਫੇਮਸ ਹੋ ਰਿਹਾ, ਤੁਹਾਡਾ ਪਿਆਰ ਮਿਲ ਰਿਹਾ ਸਾਰਿਆਂ ਦਾ। ਅਤੇ ਇਹਦੇ ਨਾਲ ਜਦੋਂ ਅਸੀਂ ਜੁੜੇ ਅਤੇ ਜਦੋਂ ਪਹਿਲਾਂ ਅਸੀਂ ਫੰਕਸ਼ਨਸ 'ਤੇ ਜਾਣਾ, ਜਿਸ ਤਰ੍ਹਾਂ ਇਹਦੀ ਆਵਾਜ਼ ਹੈ ਖੁੱਲ੍ਹੀ ਆਵਾਜ਼ ਹੈ ਹੈ ਨਾ, ਅਤੇ ਰੰਗ ਰੂਪ ਦੇ ਹਿਸਾਬ ਨਾਲ ਜਦੋਂ ਅਸੀਂ ਜਾਣਾ ਤਾਂ ਕਈ ਵਾਰੀ ਸਾਨੂੰ ਅਗਲਿਆਂ ਨੇ ਕਹਿ ਦੇਣਾ ਵੀ ਯਾਰ ਮੋਟੇ ਜਨਾਕ ਵਾਲਾ ਜਿਹੜਾ ਕਾਲਾ ਜਿਹਾ ਉਹਨੂੰ ਤੁਸੀਂ ਥੋੜ੍ਹਾ ਜਿਹਾ ਪਿੱਛੇ ਰੱਖਿਆ ਕਰੋ ਹੈ ਨਾ। ਮੈਂ ਕਹਿਣਾ ਵੀ ਨਹੀਂ, ਉਹ ਤਾਂ ਸਾਡੇ ਗਰੁੱਪ ਦਾ ਭਾਈ ਥੰਮ ਹੈ, ਅਸੀਂ ਉਹਨੂੰ ਤਾਂ ਲੈ ਕੇ ਆਉਣਾ। ਹੌਲੀ ਹੌਲੀ ਫਿਰ ਮੈਨੂੰ ਵੀ ਥੋੜ੍ਹੀ ਜਿਹੀ ਟੈਨਸ਼ਨ ਹੋਈ ਵੀ ਨਹੀਂ ਇਹਨੂੰ ਕਿਹੜੇ ਸੰਚੇ 'ਚ ਢਾਲਣਾ, ਕਿਵੇਂ ਅਸੀਂ ਕਰੀਏ। ਫਿਰ ਹੌਲੀ ਹੌਲੀ ਅਸੀਂ ਆਪਸ ਹੀ ਡਿਸਕਸ਼ਨ ਕੀਤੀ ਵੀ ਆਪਾਂ ਕੀ ਕਰੀਏ, ਕੀ ਵਿਚਾਰ ਹੋਵੇ। ਵੈਸੇ ਇਹਨੂੰ ਇੱਕ ਫਿਰੋਜ਼ੀ ਰੰਗ ਬਹੁਤ ਪਸੰਦ ਹੁੰਦਾ ਸੀਗਾ ਹੈ ਨਾ, ਇੱਕ ਫਿਰੋਜ਼ੀ ਰੰਗ ਅਤੇ ਇੱਕ ਲਾਲ ਰੰਗ ਇਹ ਹੋਣਾ। ਮੈਂ ਕਹਿਣਾ ਵੀ ਤੈਨੂੰ ਫਿਰੋਜ਼ੀ ਰੰਗ ਅਤੇ ਕਿਤੇ ਕਾਲੇ ਰੰਗ 'ਤੇ ਹੈ ਨਾ। ਪਰ ਹੌਲੀ ਹੌਲੀ ਅਸੀਂ ਕੀ ਵਿਚਾਰਾਂ ਕੀਤੀਆਂ ਕਿ ਨਹੀਂ ਤੇਰੀ ਜਿਹੜੀ ਐਕਟਿੰਗ ਹੈ, ਤੇਰੀ ਐਕਟਿੰਗ ਬੁੜੀਆਂ ਵਰਗੀ ਹੈ ਅਤੇ ਤੂੰ ਬੁੜੀ ਦਾ ਰੂਪ ਧਾਰ। ਜਦੋਂ ਇਹਨੇ ਬੁੜੀ ਦਾ ਰੂਪ ਧਾਰਿਆ ਅਤੇ ਹੋ ਗਈ ਹਾਲ ਪਾ ਰਿਹਾ, ਅਤੇ ਮੁੜ ਕੇ ਹੁਣ ਅਸੀਂ ਕਿਸੇ ਫੰਕਸ਼ਨ 'ਤੇ ਜਾਂਦੇ ਹਾਂ, ਸਾਡੇ ਨਾਲ ਅਗਲਾ ਘੱਟ ਫੋਟੋਆਂ ਖਿਚਾਉਂਦਾ, ਬੇਬੇ ਆ ਜਾ ਬੇਬੇ, ਕੋਈ ਮਾਸੀ ਕੋਈ ਭੂਆ ਕੋਈ ਕੁਛ ਕਹਿੰਦਾ, ਅਤੇ ਇਹਦੀ ਬੱਲੇ ਬੱਲੇ ਆ। ਠੀਕ ਹੈ ਜੀ, ਅੱਜ ਮੈਨੂੰ ਪਤਾ ਜੀ ਵੀ ਚਲੋ ਬਹੁਤ ਮੇਰੇ ਨਾਲ ਹਾਦਸੇ ਹੋਏ ਨੇ, ਬਹੁਤ ਗੱਲਾਂ ਬਾਤਾਂ ਹੋਈਆਂ ਨੇ, ਬਹੁਤ ਮੁਸੀਬਤਾਂ ਦੇ ਸਾਹਮਣੇ ਕੀਤੇ ਨੇ, ਬਹੁਤ ਬਿਊਟੀਆਂ ਦੇ ਸਾਹਮਣੇ, ਪਰ ਮੈਂ ਹੁਣ ਵੀ ਕਹਿ ਰਿਹਾ ਵੀ ਮੈਂ ਕਦੇ ਕਿਸੇ ਤੋਂ ਹਾਰ ਨਹੀਂ ਸੀ ਹਾਰੀ ਅੱਜ ਤੱਕ। ਮੈਂ ਕਦੇ ਕਿਸੇ ਤੋਂ ਘੱਟਣ ਦੀ ਕਹਾ ਆ, ਕਿਸੇ ਦੀ ਬਿਊਟੀ ਤੋਂ ਘੱਟਣ ਦੀ ਕਹਾ ਆ, ਕਿਉਂਕਿ ਪਰਮਾਤਮਾ ਨੇ ਮੈਨੂੰ ਕੰਮ ਬਹੁਤ ਦਿੱਤਾ ਵਾ ਸੀਗਾ, ਜਿਵੇਂ ਖੜ੍ਹੇ ਟਾਈਮ ਬੋਲੀ ਬਣਾ ਦੇਣੀ, ਖੜ੍ਹੇ ਟਾਈਮ ਗੀਤ ਬਣਾ ਦੇਣੇ ਨੇ, ਮੈਂ ਇਨਾਮ ਵੀ ਚੱਕੇ ਨੇ ਵੀ ਮਤਲਬ ਰੱਖੜੀਆਂ ਦਾ ਦਿਨ ਉੱਥੇ ਕਿਸੇ ਨੇ ਰੱਖੜੀ ਦੇ ਗਾਣੇ ਦੀ ਫਰਮਾਇਸ਼ ਪਾਤੀ, ਉੱਥੇ ਉੱਦਾਂ ਦੀ ਉਸ ਸਮੇਂ 'ਤੇ ਹੀ ਬਣਾ ਕੇ ਗਾਤਾ। ਇਹਨਾਂ ਨੂੰ ਵੀ ਪਤਾ ਇਸ ਗੱਲ ਦਾ ਵੀ ਬਿਊਟੀ ਨੂੰ ਦੇਖ ਕੇ ਮਤਲਬ ਲੁੱਕ ਨੂੰ ਦੇਖ ਕੇ ਬੋਲੀ ਬਣਾ ਦੇਣੀ, ਇਹ ਚੀਜ਼ਾਂ ਚਲੋ ਅੱਜ ਮੈਨੂੰ ਖਿੱਚੀ ਫਿਰਦੀਆਂ ਨੇ, ਅੱਜ ਬੜਾ ਵਧੀਆ ਨਾਂ ਬਣਿਆ ਬਾਈ, ਪਰ ਨਾਂ ਵੀ ਪਰਮਾਤਮਾ ਦੀ ਕਿਰਪਾ ਨਾਲ। ਚਲੋ ਇਹ ਜ਼ੋਰਾਵਰ ਸਿੰਘ ਜੀ ਬੈਠੇ ਨੇ ਜੀ, ਇਹਨਾਂ ਨਾਲ ਰਲ ਕੇ ਮੇਰਾ ਬਹੁਤ ਜ਼ਿਆਦਾ ਨਾਂ ਬਣਿਆ। ਇੱਕ ਤੁਹਾਨੂੰ ਹੋਰ ਗੱਲ ਦੱਸਾਂ ਕਿ ਇਹ ਕਈ ਵਾਰੀ ਮੇਰਾ ਖਿਆਲ ਹੁਣ ਭੁੱਲ ਗਿਆ, ਇਹ ਕਈ ਵਾਰੀ ਅਕਸਰ ਇੱਕ ਗੱਲ ਕਹਿੰਦਾ ਹੁੰਦਾ ਕਿ ਜਿਹੜੀ ਕਾਮਯਾਬੀ ਹਾਸਲ ਹੁੰਦੀ ਹੈ, ਜਿਸ ਤਰ੍ਹਾਂ ਮੈਨੂੰ ਵਾਹਿਗੁਰੂ ਨੇ ਕਾਮਯਾਬੀ ਦਿੱਤੀ ਹੈ, ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਇੱਕ ਢਰੇ 'ਤੇ ਖੜ੍ਹੇ ਰਹੋ, ਤੁਸੀਂ ਇੱਕ ਦੇ ਲੜ ਲੱਗ ਜਾਓ। ਇਹ ਮੈਨੂੰ ਅਕਸਰ ਕਹਿੰਦਾ ਹੁੰਦਾ ਵੀ ਮੈਂ ਤਾਂ ਭਾਈ ਇੱਕ ਦੇ ਲੜ ਲੱਗ ਗਿਆ, ਕਿਉਂਕਿ ਸਾਡੇ ਜਿਹੜੇ ਸਾਡੇ ਹੋਰ ਵੀ ਨਵੀਂ ਨਸਲ ਦੇ ਜਿਹੜੇ ਨਵੀਂ ਪੀੜ੍ਹੀ ਦੇ ਡਾਂਸਰ ਨੇ ਜਾਂ ਨਵੇਂ ਆਰਟਿਸਟ ਸਾਡੇ ਨਾਲ ਜੁੜਦੇ ਨੇ, ਉਹਨਾਂ ਦਾ ਕੀ ਹੁੰਦਾ, ਉਹਨਾਂ ਦੀ ਸਾਈਕੋਲੋਜੀ ਇਹ ਹੈ ਕਿ ਅੱਜ ਮੇਰੇ ਕੋਲ 2-4 ਪ੍ਰੋਗਰਾਮ ਲਾਏ, ਠੀਕ ਹੈ ਜੀ, ਨੂਰ ਤੋਂ ਅਸੀਂ ਸਿੱਖ ਗਏ ਜੀ, ਉੱਦਾਂ ਦੀ ਉਹ ਡਰੈਸ ਪਾ ਲਈ, ਉੱਦਾਂ ਦੀਆਂ ਚੁੰਨੀਆਂ ਲੈ ਲਈਆਂ। ਮੈਂ ਖੜ੍ਹਾ ਹੀ ਤੁਹਾਡੇ ਨਾਲ ਵੀ ਮਤਲਬ ਉਸ ਟਾਈਮ ਕੋਈ ਖੜ੍ਹਾ ਹਾਂ, ਉਦੋਂ ਕੁਛ ਹੋਰ ਸੀ, ਅੱਜ ਕੁਛ ਹੋਰ ਆ, ਅੱਜ ਤਾਂ ਪਰਮਾਤਮਾ ਦੀ ਕਿਰਪਾ ਨਾਲ ਮਤਲਬ ਸਮਾਂ ਹੀ ਬਹੁਤ ਮੇਰੇ ਵਾਸਤੇ, ਮੈਨੂੰ ਮਤਲਬ ਬਹੁਤ ਮੈਂ ਖੁਸ਼ ਨਸੀਬ ਸਮਝਦਾ ਵੀ ਜਿਵੇਂ ਇੱਕ ਜਗ੍ਹਾ 'ਤੇ ਖੜ੍ਹੇ ਆ, ਮੈਂ ਮਤਲਬ ਕਿਸੇ ਗੱਲ ਦੀ ਉਲੰਘਣਾ ਨਹੀਂ ਕੀਤੀ ਹੈਗੀ, ਅੱਜ ਮੈਂ ਮਤਲਬ ਰਾਜਾ ਜੀ, ਅਤੇ ਬਹੁਤ ਮੁਸੀਬਤਾਂ ਬਹੁਤ ਦੁੱਖਾਂ ਦੇ ਸਾਹਮਣੇ ਕੀਤੇ ਨੇ, ਮੈਂ ਤੁਹਾਨੂੰ ਸਾਰੀਆਂ ਹਾਲਾਤਾਂ ਦਾ ਪਤਾ ਹੀ ਆ ਵੀ ਮੇਰੇ ਨਾਲ ਕੀ ਬੀਤੀਆਂ ਨੇ, ਕਿਵੇਂ ਮੈਂ ਉਹ ਕੀਤਾ, ਘਰ ਦੇ ਵਿੱਚ ਗਰੀਬੀ ਸੀ, ਮਤਲਬ ਗਰੀਬੀ ਦੇ ਵਿੱਚ ਬਹੁਤ ਸਾਰੀਆਂ ਮਿਹਨਤਾਂ ਕੀਤੀਆਂ, ਜਿਵੇਂ ਮੈਂ ਰਾਤ ਨੂੰ ਪ੍ਰੋਗਰਾਮ 'ਤੇ ਜਾਣਾ, ਦਿਨੇ ਮੈਂ ਕੰਮ 'ਤੇ ਆਉਣਾ, ਰੈਸਟ ਵੀ ਨਾ ਮਿਲਣੀ, ਕਈ ਵਾਰੀ ਗੱਡੀ 'ਚ ਜਾਂਦੇ ਅੱਖ ਲੱਗ ਗਈ ਤਾਂ ਨਹੀਂ ਨਾ ਵੀ ਸਹੀ, ਪਰ ਹੁਣ ਮੈਨੂੰ ਹੋਰ ਕੰਮ ਨਹੀਂ ਜੀ, ਹੁਣ ਮੈਂ ਬਸ ਪ੍ਰੋਗਰਾਮ ਦੇ ਸਿਰ ਹਾਂ, ਬਸ ਹੁਣ ਅਸੀਂ ਇਹ ਕਹਿ ਵੀ ਇੱਧਰ ਹੀ ਕੰਸੈਂਟਰੇਟ ਕਰ, ਕਿਉਂਕਿ ਵਾਹਿਗੁਰੂ ਦੀ ਕਿਰਪਾ ਨਾਲ ਫੰਕਸ਼ਨਸ ਨੇ ਇਹਨੂੰ ਕਈ ਵਾਰੀ ਜਦੋਂ ਸਾਡੇ 2 ਫੰਕਸ਼ਨ ਹੋ ਜਾਂਦੇ ਨੇ ਅਤੇ ਮੇਨ ਲੀਡ ਦੇ ਉੱਤੇ ਇਹ ਵੀ ਚਲਿਆ ਜਾਂਦਾ, ਇਸ ਕਰਕੇ ਇਹ ਬੇਬੇ ਆ ਜੀ ਬਿੰਦਰ ਆ, ਇਹਦੀ ਜ਼ਿੰਦਗੀ ਦੀਆਂ ਛੋਟੀਆਂ ਛੋਟੀਆਂ ਝਲਕਾਂ, ਕਿਉਂਕਿ ਦੇਖੋ ਦੁੱਖ ਤਕਲੀਫਾਂ ਮੁਸੀਬਤਾਂ ਹਰ ਇਨਸਾਨ ਦੀ ਜ਼ਿੰਦਗੀ ਦਾ ਹਿੱਸਾ ਨੇ, ਖੁਸ਼ੀਆਂ ਹਾਸੇ ਆਨੰਦ ਖੇੜੇ ਇਹ ਵੀ ਹਰ ਇਨਸਾਨ ਦੀ ਜ਼ਿੰਦਗੀ ਦੇ ਇੱਕ ਹਿੱਸਾ ਹੁੰਦੇ ਆ, ਅਤੇ ਥੋੜ੍ਹੀਆਂ ਥੋੜ੍ਹੀਆਂ ਇਹ ਤੁਹਾਨੂੰ ਜਿਹੜੀਆਂ ਅਸੀਂ ਆਪਣੀਆਂ ਝਲਕਾਂ ਨੇ ਸਾਡੇ ਆਰਟਿਸਟਾਂ ਦੀਆਂ ਉਹ ਅਸੀਂ ਦਿਖਾਉਂਦੇ ਰਹਾਂਗੇ। ਇਹ ਸਭ ਤੋਂ ਇਸ ਲੜੀ ਦਾ ਸਭ ਤੋਂ ਪਹਿਲਾ ਪ੍ਰੋਗਰਾਮ ਹੈ, ਤੁਸੀਂ ਲੋਕ ਰੰਗ ਨੂਰ ਆਰਟ ਦੇ ਉੱਤੇ ਇਸ ਨੂੰ ਦੇਖੋ, ਲੋਕ ਰੰਗ ਨੂਰ ਆਰਟ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਲਗਾਤਾਰ ਸਾਡੇ ਨਾਲ ਜੁੜੇ ਰਹੋ, ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ, ਬਹੁਤ ਸਾਰੇ ਵਰਤਾਰੇ, ਬਹੁਤ ਸਾਰੀਆਂ ਇੰਟਰਵਿਊਜ਼, ਬਹੁਤ ਸਾਰੀਆਂ ਆਪਣੇ ਆਰਟਿਸਟਾਂ ਨਾਲ ਸੰਬੰਧਿਤ ਜਾਂ ਜਿਹੜੇ ਫੀਲਡ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ ਉਹਦੇ ਨਾਲ ਸੰਬੰਧਿਤ ਜਿਹੜੀਆਂ ਸ਼ਖਸੀਅਤਾਂ ਨੇ ਉਹਨਾਂ ਨਾਲ ਮਿਲਾਉਂਦੇ ਰਹਾਂਗੇ, ਖੁੱਲ੍ਹੀਆਂ ਗੱਲਾਂ ਬਾਤਾਂ।
ਕੋਈ ਐਦਾਂ ਨਹੀਂ ਹੈਗਾ ਕਿ ਨਪਿਆ ਤੁਲਿਆ ਹਿਸਾਬ ਕਿਤਾਬ ਹੋਊਗਾ, ਇੱਕ ਦੇਸੀ ਪੇਂਡੂ ਹਿਸਾਬ, ਲੋਕ ਰੰਗ ਵਰਗਾ ਹਿਸਾਬ ਸਾਡੀਆਂ ਗੱਲਾਂ ਦਾ ਹੋਊਗਾ। ਤੁਸੀਂ ਮਾਣਦੇ ਰਹੋ, ਸੁਣਦੇ ਰਹੋ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਮਿਲਦੇ ਹਾਂ ਜੀ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਮਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਅਸੀਂ ਤੁਹਾਡੇ ਆਏ, ਤੁਸੀਂ ਸਾਡੇ ਕਿੱਥੇ ਆਏ? ਅਸੀਂ ਤੁਹਾਡੇ ਨਾਲੇ ਚੱਲਦੇ ਹਾਂ ਜੀ। ਹਾਂ, ਹੁਣ ਅਸੀਂ ਤੁਹਾਨੂੰ ਨਾਲੇ ਲੈ ਜਾਣਾ, ਠੀਕ ਹੈ? ਤੁਹਾਡਾ ਵੀ ਧੰਨਵਾਦ ਜੀ, ਜਿਹੜੇ ਸਾਨੂੰ ਦੇਖਣ ਵਾਲੇ ਚਾਹੁਣ ਵਾਲੇ ਸਾਨੂੰ ਦਿਲੋਂ ਪਿਆਰ ਕਰਦੇ ਆ। ਮੈਨੂੰ ਪਤਾ ਬੇਬੇ ਦੇ ਵੀ ਬਹੁਤ ਫੈਨ ਆ, ਜੇ ਨੂਰ ਦੇ ਵੀ ਫੈਨ ਆ ਤਾਂ ਮੇਰੇ ਵੀ ਬਹੁਤ ਫੈਨ ਆ ਬੇਬੇ ਜੀ। ਜੀ ਜੀ, ਬੇਬੇ ਨੂੰ ਵੀ ਉਹਨਾਂ ਹੀ ਪਿਆਰ ਕਰਦੇ ਨੇ, ਮੈਨੂੰ ਵੀ ਉਹਨਾਂ ਹੀ ਪਿਆਰ ਕਰਦੇ ਨੇ, ਸਾਡੇ ਸਾਰੇ ਗਰੁੱਪ ਨੇ, ਅਸੀਂ ਵੀ ਸਾਰੇ ਤੁਹਾਨੂੰ ਬਹੁਤ ਸਾਰਾ ਪਿਆਰ ਕਰਦੇ, ਦਿਲੋਂ ਪਿਆਰ ਕਰਦੇ ਹਾਂ, ਦਿਲੋਂ ਤੁਹਾਡਾ ਸਤਿਕਾਰ ਕਰਦੇ ਹਾਂ। ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾਂ 'ਚ ਰੱਖੇ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।